ਸਾਡਾ ਇੱਥੇ ਹੈਗਾ 8 ਰੁਪਏ ਕਿਲੋਮੀਟਰ। ਇਹ ਤੁਹਾਨੂੰ ਇਹ ਕਿਵੇਂ ਮਿਲੇ ਬਾਪੂ ਜੀ? ਇਹ ਅਸੀਂ ਇੱਥੇ ਗੱਡੀ ਖੜੀ ਕੀਤੀ ਜੀ। ਅੱਛਾ ਆਉਂਦੇ ਸਟੇਸ਼ਨ ਤੇ ਆਏ ਸੀ ਕਿਤੇ? ਇਹ ਸਟੇਸ਼ਨ ਆ? ਨਹੀਂ ਇਹ ਸਟੇਸ਼ਨ ਆ ਜੀ। ਇੱਥੇ ਅਸੀਂ ਗੱਡੀ ਖੜੀ ਕੀਤੀ ਜੀ। ਇੱਥੇ ਪਿਆ ਸੀ ਇਹ? ਇੱਥੇ ਇਦਾਂ ਹੀ ਉੱਥੇ ਆਹ ਥੱਲੇ ਅੱਗ ਸੇਕਦਾ ਸੀਗਾ ਜੀ। ਮੱਚਿਆ ਜਦੋਂ ਲੱਤ ਦਿਸਦੀ ਸੀ ਦੂਰੋਂ ਹੀ ਮੱਚੇ ਹੋਏ ਜੀ। ਹਾਂਜੀ ਉਹ ਤੋਂ ਜੀ ਫੋਟੋ ਦੇਖੀ ਆ ਜੀ ਤੁਸੀਂ? ਨਹੀਂ ਹਾਂ ਮੈਂ ਦੇਖੀ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਅਸੀਂ ਖੜੇ ਹਾਂ ਜੀ ਫਲੋਰ ਫਲੋਰ ਸ਼ਹਿਰ ਦੇ ਵਿੱਚ ਆ ਜੀ ਬਿਲਕੁਲ। ਅਸੀਂ ਖੜੇ ਤੇ ਰੇਲਵੇ ਸਟੇਸ਼ਨ ਆ ਸਾਹਮਣੇ। ਆ ਰੇਲਵੇ ਸਟੇਸ਼ਨ ਦਾ ਗੇਟ ਆ ਤੇ ਰੇਲਵੇ ਸਟੇਸ਼ਨ ਦੀ ਉਹ ਜਗ੍ਹਾ ਕਿੱਥੇ ਪਿੱਪਲ ਦਾ ਦਰਖਤ ਆ ਬੋਰਡ ਦਾ ਪਾਰਕ ਆ ਤੇ ਆ ਰੇੜੀਆਂ ਲੱਗੀਆਂ ਹੋਈਆਂ। ਇੱਥੇ ਸ਼ਹਿਰ ਵਸਦਾ ਪੂਰਾ ਤੇ ਇੱਥੇ ਇੱਕ ਬਜ਼ੁਰਗ ਆ ਇਹ ਰਹਿੰਦਾ ਦਾ ਕਹਿੰਦੇ ਬਹੁਤ ਸਾਲਾਂ ਤੋਂ ਇੱਥੇ ਤੇ ਪਰ ਹੁਣ ਇਹਦੀ ਹਾਲਤ ਬਹੁਤ ਬਦਤਰ ਆ। ਮੱਚ ਗਿਆ ਇਹ ਅੱਗ ਲੱਗ ਗਈ ਧੂਣੀ ਸੇਕਦੇ ਸੇਕਦੇ ਲੱਤ ਮੱਚ ਗਈ। ਇੱਕ ਦਿਨ ਪਹਿਲਾਂ ਕੋਈ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਪਹਿਲਾਂ ਮਹੀਨਾ ਡੇਢ ਮਹੀਨਾ ਹੋ ਗਿਆ। ਹਾਂਜੀ ਲੱਤ ਟੁੱਟੀ ਹੋਈ ਆ ਮੋਟਰਸਾਈਕਲ ਨਾਲ ਐਕਸੀਡੈਂਟ ਹੋ ਗਿਆ ਸੀਗਾ। ਉਦੋਂ ਲੋਕਾਂ ਨੇ ਇੱਥੇ ਆਸ ਪਾਸ ਦਿਆਂ ਨੇ ਰਲ ਕੇ ਇਲਾਜ ਵੀ ਕਰਾਇਆ। ਲੋਕ ਦੱਸਦੇ ਆ ਵੀ ਇਹਨੂੰ ਜਲੰਧਰ ਸਿਵਲ ਹਸਪਤਾਲ ਲੈ ਗਏ ਸੀਗੇ। ਹਾਂਜੀ ਤੇ ਫਿਰ ਇਹ 10-15 ਦਿਨਾਂ ਬਾਅਦ ਫਿਰ ਛੱਡ ਗਏ ਇੱਥੇ ਇਹਨੂੰ ਤੇ ਹੁਣ ਇਹ ਬਾਪੂ ਇੱਥੇ ਪਿਆ ਫਿਰ ਨਰਕ ਭੋਗ ਰਿਹਾ। ਤੇ ਇਹ ਬਾਈ ਜੀ ਹੁਣੀ ਆ ਇਹਨਾਂ ਨੇ ਪਹਿਲਾਂ ਵੀ ਇੱਕ ਕਰੀਬ ਅੱਜ ਤੋਂ 5 ਸਾਲ ਪਹਿਲਾਂ ਸਾਡੇ ਨਾਲ ਉੱਥੇ ਸੇਵਾ ਸਾਂਝੀ ਕਰੀ ਸੀ। ਇੱਕ ਬੱਚਾ ਸੀ ਉਹਦੀ ਕਿਸੇ ਨੇ ਕੁੱਟ ਕੇ ਡਾਂਗਾ ਮਾਰ ਕੇ ਉਹਦੀ ਬਾਂਹ ਤੋੜਤੀ ਸੀ ਵਿਚਾਰੇ ਦੀ। ਜਗ੍ਹਾ ਤੇ ਪੀਰਾਂ ਦੀ ਕੋਈ ਜਗ੍ਹਾ ਤੇ ਪਿਆ ਸੀ ਉਹ ਵਿਚਾਰਾ ਨੰਗਾ ਹੀ ਤੇ ਉਹਨੂੰ ਛੱਡ ਕੇ ਗਏ ਸੀ। ਫਿਰ ਉਹਦਾ ਘਰ ਲੱਭ ਗਿਆ ਸੀ ਬੱਚੇ ਦਾ ਸਾਨੂੰ ਬਾਅਦ ਚ ਗੁਪਤਾ ਜੀ ਉਹਦਾ ਨਾਂ ਸੀ। ਤੇ ਇਹ ਵੀਰਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਫੋਨ ਕਰਕੇ ਦੱਸਿਆ ਵੀ ਇੱਥੇ ਇੱਕ ਬਜ਼ੁਰਗ ਆ ਤੇ ਜਦੋਂ ਅਸੀਂ ਉਹਦੀ ਲੱਤ ਦੇਖੀ ਵਿਚਾਰੇ ਦੀ ਮੱਚੀ ਹੋਈ ਬਾਪੂ ਦੀ ਤੇ ਅਸੀਂ ਵੀ ਸੋਚਿਆ ਵੀ ਠੰਡ ਇੰਨੀ ਜ਼ਿਆਦਾ ਵੀ ਚੱਲੀਏ ਲੈ ਕੇ ਆਈਏ ਕਿਉਂਕਿ ਤੁਹਾਨੂੰ ਪਤਾ ਸਾਡੇ ਕੋਲੇ ਵੀ ਜਗ੍ਹਾ ਹੈ ਨਹੀਂ ਉੱਥੇ ਇੱਕ ਵੀ ਮੰਜਾ ਲਾਉਣ ਨੂੰ ਜਗ੍ਹਾ ਨਹੀਂ ਹੈਗੀ। ਹੁਣ ਅੱਜ ਅਸੀਂ ਟੈਂਟ ਬਣਾ ਕੇ ਤੰਬੂ ਲਾਇਆ ਪਹਿਲੀ ਵਾਰ ਦੁਬਾਰਾ ਫਿਰ 5 ਸਾਲਾਂ ਬਾਅਦ ਅਸੀਂ ਟੈਂਟ ਜਾਂ ਤੰਬੂ ਦੇ ਵਿੱਚ ਇੰਤਜ਼ਾਮ ਕਰ ਰਹੇ ਹਾਂ ਰਹਿਣ ਦਾ। ਪਰ ਜੇ ਅਸੀਂ ਸੋਚਿਆ ਵੀ ਬਾਪੂ ਇੱਥੇ ਪਿਆ ਰਹਿ ਗਿਆ ਮੈਂ ਇਹਨੇ ਠੰਡ ਨਾਲ ਹੀ ਮਰ ਜਾਣਾ ਵਿਚਾਰੇ ਨੇ। ਮੈਂ ਕਿੱਥੇ ਦੂਜਾ ਕੀ ਕਹਿੰਦਾ ਬਾਪੂ? ਬਾਪੂ ਹਾਂਜੀ ਮਰ ਜਾਏਂਗੇ ਅੱਜ ਮਰ ਜਾਏਂਗੇ। ਕਿਉਂ ਮਰ ਜਾਏਂਗੇ ਬਾਪੂ? ਕਿਉਂ ਮਰ ਜਾਏਂਗੇ ਭਗਵਾਨ? ਕੀ ਹੋ ਗਿਆ ਬਾਪੂ ਮੇਰਿਆ? ਉਹ ਭਗਤਾ ਭਗਵਾਨ ਤਾਂ ਤੇਰਾ ਭਲਾ ਕਰੇ ਬਾਪੂ ਤੈਨੂੰ ਬਹੁਤ ਲੋੜ ਆ ਭਲੇ ਦੀ। ਕੀ ਹੋ ਗਿਆ ਤੈਨੂੰ? ਭਗਵਾਨ ਪਤਾ ਨਹੀਂ ਕਿਆ ਕਰ ਰਿਹਾ। ਕੀ ਹੋ ਕੀ ਗਿਆ ਬਾਪੂ? ਕਿਵੇਂ ਸੁੰਡੀਆਂ ਤੁਰੀਆਂ ਫਿਰਦੀਆਂ ਬਾਪੂ ਦੇ ਉੱਤੇ? ਇਧਰੋਂ ਆ ਕੇ ਸਤਨਾਮ ਖਿੱਚ ਕੇ ਇੱਥੇ ਨੂੰ ਕਰ ਲੈਣਾ ਬਾਪੂ ਦਾ ਬਿਸਤਰਾ ਹੀ ਥੋੜਾ ਜਿਹਾ ਪਏ ਦਾ ਹੀ ਥੱਲਿਓ ਕੰਬਲ ਨੂੰ ਹੱਥ ਪਾ ਕੇ ਨਾ ਉਧਰੋਂ ਪਾ ਥੋੜਾ ਜਿਹਾ ਉਧਰੋਂ ਪਾ ਮੈਂ ਇਧਰੋਂ ਪਾਉਣਾ ਤੂੰ ਇਧਰੋਂ ਹਰੇ ਭਗਵਾਨ ਹਮਾਰ ਬਾਪ ਮਹਤਾਰੀ ਹੋ ਗਏ। ਹਾਂ ਬਾਪੂ ਹੁਣ ਦੱਸ ਕੀ ਗੱਲ ਹੋ ਗਈ ਬੋਲ। ਹਮਾਰ ਮਹਤਾਰੀ ਬਾਪ ਹੈ ਗੋ ਚਾਦਾ ਰੋ ਨਾ ਬਾਪੂ ਅਸੀਂ ਤੇਰੇ ਪੋਤਾ ਤੈਨੂੰ ਮਿਲਣ ਆਇਆ ਤੈਨੂੰ ਲੈਣ ਆਇਆ ਬਾਪੂ ਓ ਬਾਬੇ ਤੈਨੂੰ ਲੈਣ ਆਏ ਅਸੀਂ ਕਿਉਂ ਫਿਕਰ ਕਰਦਾ ਕੀ ਹਾਲ ਹੋਇਆ ਪਿਆ ਬਾਪੂ ਤੇਰਾ ਯਾਰ ਹੈਂ ਜੱਟੀ ਪਿਸ਼ਾਬ ਵਿੱਚ ਹੀ ਹੋ ਰਿਹਾ ਬਾਪੂ ਕੀ ਨਾਂ ਕੀ ਹੈ ਬਾਪੂ ਤੇਰਾ? ਰਾਮ ਬਿਲਾਸ। ਰਾਮ ਬਿਲਾਸ ਬਾਬਾ ਆਧਾਰ ਕਾਰਡ ਹੈ ਸਭ ਕੁਛ ਹੈ ਆਧਾਰ ਕਾਰਡ ਹੈਗਾ? ਹਾਂ ਹੈਗਾ। ਰਾਮ ਬਿਲਾਸ ਬਾਬਾ ਕਿੱਥੋਂ ਦਾ ਰਹਿਣ ਵਾਲਾ ਤੂੰ? ਰਾਏਬਰੇਲੀ। ਇੱਥੇ ਕਿੰਨੇ ਟਾਈਮ ਤੋਂ ਬਾਬਾ? ਫਲੋਰ 18-19 ਸਾਲ ਹੋ ਗਏ ਫਲੋਰ ਚ ਰਹਿੰਦੇ ਆ। ਹਾਂ ਪਹਿਲਾਂ ਕੰਮ ਕਰਦਾ ਸੀ ਕੋਈ? ਹਾਂ ਕੰਮ ਕਰਦੇ ਰਹੇ। ਕੀ ਜੱਟੋ ਕੋ ਕੰਮ ਕਰਦੇ ਰਹੇ? ਦਵਾਈ ਵਾਈ। ਅੱਛਾ ਮੱਝਾਂ ਦਾ ਕੰਮ ਕਰਦੇ ਡੈਰੀਆਂ ਚ? ਹਾਂ ਜਦੋਂ ਕੰਮ ਕਰਦਾ ਸੀ ਸਰੀਰ ਫਿਰ ਉਦੋਂ ਕੰਮ ਕਰਦਾ ਰਿਹਾ ਹੁਣ ਕੰਮ ਛੱਡ ਗਿਆ ਸਰੀਰ ਹੈ। ਰਾਮ ਬਿਲਾਸ ਪਰਦੇਸੀ ਬੰਦਾ ਪੰਜਾਬ ਦੇ ਵਿੱਚ ਤਾਂ ਪਰਦੇਸੀ ਤੇ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਧੀਆਂ ਪੁੱਤ ਭੈਣ ਭਰਾ ਚੰਗੇ ਭਵਿੱਖ ਲਈ ਹੀ ਆਉਂਦੇ ਆ। ਇੱਥੇ ਕੋਈ ਯਾਸ਼ੀ ਕਰਨ ਨਹੀਂ ਆਉਂਦਾ ਨਾ ਉੱਥੇ ਅਸੀਂ ਕੋਈ ਯਾਸ਼ੀ ਕਰਨ ਜਾਂਦੇ ਆ। ਜੈ ਭੋਲੇ। ਚੰਗੇ ਭਵਿੱਖ ਲਈ ਹੀ ਇਹ ਆਏ ਨੇ ਆਪਣੇ ਪਰਿਵਾਰ ਦੀ ਆਪਣੇ ਬੱਚਿਆਂ ਦੇ ਅਸੀਂ ਵੀ ਉੱਥੇ ਚੰਗੇ ਭਵਿੱਖ ਲਈ ਸਾਡੇ ਧੀਆਂ ਪੁੱਤ ਸਾਡੇ ਭੈਣ ਭਰਾ ਜਾਂਦੇ ਨੇ ਚੰਗੇ ਭਵਿੱਖ ਲਈ ਇਹਨਾਂ ਲਈ ਇਹੀ ਪੰਜਾਬ ਕੈਨੇਡਾ ਅਮਰੀਕਾ ਵਰਗਾ ਵਾ।
ਅਸੀਂ ਨਿੱਕੇ ਨਿੱਕੇ ਹੁੰਦਿਆਂ ਤੋਂ ਦੇਖਦੇ ਆ ਰਹੇ ਹਾਂ, ਜਦੋਂ ਤੋਂ ਇਹ ਪਰਦੇਸੀ ਲੋਕ ਆਉਣ ਲੱਗੇ, ਪਹਿਲਾਂ ਕਣਕ ਝੋਨੇ ਮੌਕੇ ਆਉਂਦੇ ਸੀ, ਫਿਰ ਹੌਲੀ 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 ਇਹ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਏ, ਕਿਉਂਕਿ ਅਸੀਂ ਕੰਮ ਕਰਨਾ ਛੱਡਦੇ ਤੁਰੇ ਗਏ ਤੇ ਇਹ ਆ ਕੇ ਉਹ ਸਾਡੀ ਜਗ੍ਹਾ ਲੈਂਦੇ ਗਏ। ਵਾਹਿਗੁਰੂ, ਸਾਨੂੰ ਰੱਖਵਾਂ ਕਰਨ ਮਿਲਦਾ ਗਿਆ। ਸਾਡੇ ਜਿਹੜੇ ਪਹਿਲਾਂ ਭੈਣ ਭਰਾ ਕੰਮ ਕਰਦਾ ਸੀ ਦਲਿਤ ਭਾਈਚਾਰਾ, ਉਹਨਾਂ ਨੇ ਕੰਮ ਕਰਨਾ ਬੰਦ ਕਰਤਾ, ਫਿਰ ਹੌਲੀ ਹੌਲੀ ਪਰਦੇਸੀਆਂ ਨੇ ਆ ਕੇ ਉਹ ਜਗ੍ਹਾ ਲੈ ਲਈ। ਵਾਹਿਗੁਰੂ, ਪਰ ਅੱਜ ਜਦੋਂ ਪਰਦੇਸੀ ਬੰਦਾ ਕਿਸੇ ਏਦਾਂ ਦੀ ਸਮੱਸਿਆ ਚ ਫਸ ਜਾਂਦਾ, ਉਹ ਜ਼ਖਮ ਨਾ ਦਿਖਾ ਦਿਓ ਲੱਤ, ਇਹਦੇ ਨਾਲ ਦਿਖਾਈ ਜ਼ਖਮ ਕਾਕਾ। ਓਹੋ, ਅਸੀਂ ਤੁਹਾਨੂੰ ਨਾ ਜੀ ਇਹਦਾ ਜ਼ਖਮ ਨਹੀਂ ਦਿਖਾ ਸਕਦੇ, ਲੱਤ ਗਲੀ ਪਈ ਹੈ ਸਾਰੀ ਅੱਗ ਲੱਗ। ਬਾਬਾ ਜੀ ਕੈਸੇ ਚਲ ਗਈ ਲੱਤ ਆਂਗ? ਪਹਿਲੇ ਟੱਕਰ ਮਾਰ ਗਿਆ, ਪਹਿਲੇ ਟੱਕਰ ਮਾਰ ਗਿਆ ਤਾਂ ਬੋਲਤੇ ਆਟੋ ਵਾਲਾ ਕੋਈ ਮੋਟਰਸਾਈਕਲ ਵਾਲਾ, ਅਬ ਜੇ ਕੈਸੇ ਲੱਗੀ ਆਗ? ਸੇਕ ਰਹਾ ਥਾ, ਸੇਕਤੇ ਸੇਕਤੇ ਆਗ ਮੇਂ ਗਿਰ ਗਿਆ। ਅਰੇ ਕਿਆ ਬਾਤ ਹੈ ਬਾਬਾ, ਇਹ ਪਤਲਾ ਕੰਬਲ ਚੱਕ ਕੇ ਬਿਸਤਰਾ ਪਰੇ ਕਰਦੇ, ਕੱਲਾ ਕੰਬਲ ਲਾ ਰਹੇ, ਉਹ ਤਾਂ ਸਾਫ਼ ਕੰਬਲ ਚੱਕ ਕੇ ਲਿਆ ਗੱਡੀ ਚੋਂ ਆਪਣੀ ਚੋਂ ਭੀਰੂ। ਅਭੀ ਤਾਂ ਸਾਡੀ ਗੱਡੀ ਖੜੀ ਇੱਥੇ, ਭੱਜ ਕੇ ਕੰਬਲ ਲਿਆ ਚੱਕ ਕੇ ਗੱਡੀ ਦੇ ਪਿੱਛੇ, ਖੁੱਲੀ ਗੱਡੀ ਹੈ, ਪਿੱਛੇ ਚੱਕ ਲਿਆ, ਪਿੱਛੇ ਪਾਸੇ ਪਿਆ ਇੱਕ ਕੰਬਲ ਚੱਕ ਲਿਆ। ਸਭ ਦਾ ਬਾਲਾ ਕਰੇ, ਅਰੇ ਭਗਵਾਨ ਬਲਾ ਕਰੇਗਾ, ਇਹ ਤਾਂ ਗਿੱਲਾ ਹੀ ਪਿਆ ਸਾਰੇ ਬਾਪੂ, ਇਸੇ ਗਿੱਲੇ ਵੀ ਪੜਾ ਹੈ, ਸਭ ਕੰਬਲ ਗਿੱਲੇ ਹੈ, ਸਭ ਬਿਸਤਰਾ ਵੀ ਗਿੱਲਾ ਹੈ ਪੂਰਾ, ਤੇ ਸਾਰੇ ਕੱਪੜੇ ਵੀ ਗਿੱਲੇ ਹੈ ਪੂਰੇ। ਰਾਮ ਵਿਲਾਸ, ਤੁਹਾਡੇ ਬੱਚੇ ਹੈ? ਸ਼ਾਦੀ ਹੋਏ ਤੁਹਾਰਾ? ਹਾਂ। ਕਿਤਨੇ ਬੱਚੇ ਹੈ ਤੁਹਾਰੇ? ਦੋ। ਕਹਾਂ ਪੇ ਹੈ ਵੋ? ਘਰ ਮੇਂ, ਦਿਹਾਤ ਮੇਂ। ਦਿਹਾਤ ਮੇਂ ਕਹਾਂ? ਰਾਏਬਰੇਲੀ ਮੇਂ। ਰਾਏਬਰੇਲੀ ਮੇਂ ਗਾਓਂ ਕੌਣ ਸਾ? ਸਹਿਬੋ ਤਮਨਪੁਰ। ਹੈਂ? ਸਹਿਬੋ ਤਮਨਪੁਰ। ਸਹਿਬਨ? ਸਹਿਬੋ ਤਮਨਪੁਰ। ਸਹਿਬਨ ਤਮਨਪੁਰ। ਹਾਂ। ਵਹਾਂ ਪੇ ਤੁਹਾਰੇ ਦੋ ਬੱਚੇ ਹੈ? ਹਾਂ ਜੀ। ਉਨਕੋ ਮਿਲੇ ਹੋਏ ਕਿਤਨਾ ਟਾਈਮ ਹੋ ਗਿਆ ਤੇਰੇ ਕੋ? ਜਬ ਤੱਕ ਘਰਵਾਲੀ ਮਰ ਗਈ, ਆਗ ਲਗਾ ਕੇ ਤਬ ਤੱਕ ਨਹੀਂ ਗਏ ਮੈਂ। ਘਰਵਾਲੀ ਨੇ ਆਗ ਲਗਾ ਲਿਆ? ਹਾਂ। 6 ਸਾਲ ਹੋ ਗਏ, 8 ਸਾਲ ਹੋ ਗਿਆ। ਹਾਂ, ਨਹੀਂ ਗਏ ਘਰ। ਜਬ ਉਸਨੇ ਆਗ ਲਗਾ ਕੇ ਤਬ ਗਿਆ ਤਾਂ ਉਹਨੂੰ ਕਿਹੜਾ ਕਰਮ ਕਰਨੇ ਗਿਆ ਤਾਂ? ਹਾਂ, ਨਹੀਂ ਮੈਂ ਗਏ ਨਹੀਂ, ਫਸ ਜਾਤੇ ਮੈਂ, ਆਗ ਲਗਾ ਲਈ ਆਪਣੇ ਆਪ। ਤੂੰ ਕਹਾਂ ਤਾਂ ਤਬ? ਮੈਂ ਇਹ ਰਹਿ ਵਹੀਂ ਪੇ, ਮੈਂ ਭਾਗ ਗਏ। ਅੱਛਾ, ਵਹਾਂ ਸੇ ਭਾਗ ਆਇਆ ਤੂੰ? ਹਾਂ, ਫਿਰ ਨਹੀਂ ਗਏ। ਤੂੰ ਵਹਾਂ ਪੇ ਪੁਲਿਸ ਢੂੰਡ ਰਹੀ ਹੋਗੀ ਤੇਰੇ ਕੋ? ਨਹੀਂ, ਸਭ ਕੇਸ ਸਭ ਬੜਿਆ ਹੈ। ਅੱਛਾ, ਤਾਂ ਤੁਹਾਡਾ ਬੇਟਾ ਕਿਤਨੇ ਬੜੇ ਹੈ ਬੱਚੇ? ਹੈ ਬੜੇ ਬੜੇ, ਕੰਮ ਕਰਤੇ, ਸ਼ਾਦੀ ਸ਼ੁਦਾ ਹੈ। ਹਾਂ, ਉਨਕੇ ਵੀ ਬੱਚੇ ਹੋ ਗਏ। ਹਾਂ ਜੀ। ਜ਼ਮੀਨ ਜਾਇਦਾਦ ਹੈ ਵਹਾਂ ਪੇ ਕੋਈ? ਹਾਂ, ਜ਼ਮੀਨ ਹੈ, ਸਭ ਕੁਛ ਹੈ। ਤੂੰ ਬਾਬਾ ਸਭ ਕੁਛ ਹੋਣੇ ਕੀ ਵਜ੍ਹਾ ਪੇ ਤੂੰ ਜਹਾਂ ਪੇ ਨਰਕ ਕੱਟ ਰਿਹਾ ਯਾਰ? ਕਿਆ ਕਰੂ, ਅੱਜ ਤਾਂ ਦੇਖੋ ਆਹੀ ਬਾਪੂ ਦਾ ਘਰ ਆ ਜੀ, ਆਹ ਬਰਗਦ ਦਾ ਪੇੜ, ਇਹੀ ਬਾਪੂ ਦੀ ਸਲਤਨਤ ਆ, ਆਹ ਧੋਣੀ ਬਾਪੂ ਦਾ ਹੀਟਰ ਆ, ਇਹ ਗਰਮ ਕਮਰਾ ਬਾਪੂ ਦਾ ਡੀਲਕਸ ਰੂਮ ਕਹਿ ਸਕਦੇ ਇਹਨੂੰ, ਆ ਥੜਾ ਬਾਪੂ ਦਾ ਬੈੱਡ ਆ, ਇਹਨੂੰ ਤੁਸੀਂ ਕਿੰਗ ਸਾਈਜ਼ ਬੈੱਡ ਕਹਿ ਸਕਦੇ ਆ, ਆ ਗੰਦੇ ਕੱਪੜੇ ਗਿੱਲੀਆਂ ਹੋਈਆਂ ਰਜਾਈਆਂ ਤੇ ਗਦੈਲੇ, ਇਹ ਬਾਪੂ ਦੇ ਉਹ ਮਹਿੰਗੇ ਬਿਸਤਰੇ ਨੇ ਜਿਹੜੇ ਸ਼ਾਹੀ ਘਰਾਣਿਆਂ ਦੇ ਵਿੱਚ ਵਰਤੇ ਜਾਂਦੇ ਆ ਕਿਤੇ ਨਾ ਕਿਤੇ, ਤੇ ਇਹ ਬਾਪੂ ਆ ਸਾਡਾ, ਇਹ ਸੀਨੀਅਰ ਸਿਟੀਜ਼ਨ ਸਾਡਾ, ਜਿਨ੍ਹਾਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ, ਜਿਨ੍ਹਾਂ ਨੂੰ ਸਰਕਾਰ ਵੱਲੋਂ ਮਹਿੰਗਾਈ ਭੱਤੇ, ਜੀਵਨ ਜਿਉਣ ਦੇ ਭੱਤੇ ਵੀ ਦਿੱਤੇ ਜਾਂਦੇ ਆ, ਸਰਕਾਰੀ ਇਲਾਜ ਮੁਫ਼ਤ ਦਿੱਤਾ ਜਾਂਦਾ, ਬੱਸ ਦਾ ਸਫ਼ਰ ਮੁਫ਼ਤ ਦਿੱਤਾ ਜਾਂਦਾ, ਬਜ਼ੁਰਗਾਂ ਦੀ ਫੁੱਲ ਇੱਜ਼ਤ ਕੀਤੀ ਜਾਂਦੀ ਆ ਸਰਕਾਰਾਂ ਵੱਲੋਂ, ਆਹ ਦੇਖੀ ਤੁਸੀਂ ਦੇਖ ਸਕਦੇ ਹੋ, ਇੰਨੀਆਂ ਸੁੱਖ ਸਹੂਲਤਾਂ ਸਾਡੇ ਸਿਸਟਮ ਨੇ, ਸਾਡੇ ਸਮਾਜ ਨੇ, ਸਾਡੀ ਸਰਕਾਰ ਨੇ ਰਾਮ ਵਿਲਾਸ ਜੀ ਨੂੰ ਦਿੱਤੀਆਂ ਹੋਈਆਂ। ਇਸੇ ਰੇਲਵੇ ਸਟੇਸ਼ਨ ਦੇ ਜਿੱਥੇ ਪਿਆ ਜੀ ਦਾ ਮੰਤਰੀ ਹੁੰਦਾ ਸੀ ਕਿਸੇ ਟਾਈਮ, ਰਾਮ ਵਿਲਾਸ ਪਾਸਵਾਨ, ਅੱਜ ਤਾਂ ਚਲੋ ਵਿਚਾਰਾ ਹੈ ਨੀ ਇਸ ਦੁਨੀਆਂ ਤੇ ਉਸੇ ਨਾਮ ਦਾ ਬੰਦਾ, ਉਹਦੇ ਸ਼ਹਿਰ ਦਾ ਹੀ ਕਿਤੇ ਲਗਭਗ ਬੰਦਾ, ਉਹਦੇ ਸਟੇਟ ਦਾ ਹੀ ਬੰਦਾ ਇੱਥੇ ਇੱਦਾਂ ਰੋਲ ਰਿਹਾ ਹੋਵੇ, ਨਾ ਤਾਂ ਜੀ ਆਰ ਪੀ ਨੂੰ ਕੋਈ
ਸੰਘ ਸ਼ਰਮਾ ਜੀ ਆਰ ਪੀ ਦੀ ਡਿਊਟੀ ਬਣਦੀ ਉਹਨਾਂ ਦੇ ਏਰੀਏ ਚ ਇੱਕ ਬੰਦਾ ਪਿਆ ਮੱਚ ਗਿਆ ਜ਼ਖਮੀ ਹਾਲਤ ਚ ਪਿਆ ਮਰ ਰਿਹਾ ਨਾ ਤਾਂ ਜੀ ਆਰ ਪੀ ਕੋਈ ਉਦਮ ਕਰ ਰਹੀ ਆ ਫਿਰ ਇੱਥੋਂ ਦੀ ਲੋਕਲ ਪੁਲਿਸ ਉਹਨਾਂ ਦੀ ਵੀ ਸਾਰਿਆਂ ਦੀ ਨੌਲੇਜ ਆ ਫਿਰ ਸਾਡਾ ਸਮਾਜ ਨਗਰ ਕੌਂਸਲ ਇੱਥੋਂ ਦੇ ਨੁਮਾਇੰਦੇ ਚੁਣੇ ਹੋਏ ਭਰਾਵੋ ਆਪਾਂ ਕਮੀਆਂ ਬਾਪੂ ਜੀ ਸ਼ਰਾਬ ਪੀਤਾ ਹੈ ਇਹ ਤੋਂ ਗਾਲੀ ਨਿਕਾਲਦਾ ਹੈ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਹਿ ਰਿਹਾ ਉਹ ਭਰਾਵੋ ਇਨਸਾਨ ਤਾਂ ਹੈ ਨਾ ਇਹ ਮੱਚਿਆ ਹੋਇਆ ਤਾਂ ਹੈਗਾ ਨਾ ਇਹ ਇਸ ਟਾਈਮ ਅਪਾਹਜ ਤਾਂ ਹੈ ਨਾ ਇਹ ਬਜ਼ੁਰਗ ਤਾਂ ਹੈਗਾ ਨਾ ਚਿੱਟੀ ਦਾੜੀ ਤਾਂ ਹੈ ਇਹਦੀ ਇਹਦੇ ਲਹੂ ਤੁਹਾਡੇ ਅਰਗੇ ਨਿਕਲਦਾ ਜਦੋਂ ਮਾਰ ਕੇ ਸੱਟ ਦੇਖ ਲਓ ਮਾਰ ਕੇ ਕੋਈ ਚੀਜ਼ ਇਹਦੇ ਅਰੇ ਭਗਵਾਨ ਤੇ ਯਾਰ ਫੇਰ ਅਸੀਂ ਕਮੀਆਂ ਲੱਭੀਏ ਅਰੇ ਭਗਵਾਨ ਬਈ ਜੇ ਭਾਈ ਕਨਈਆ ਜੀ ਵੀ ਕਮੀਆਂ ਲੱਭਦੇ ਤਾਂ ਦੁਸ਼ਮਣਾਂ ਦੇ ਮੱਲਮ ਪੱਟੀਆਂ ਕਰਨ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹਨਾਂ ਨੂੰ ਦਵਾਈ ਮੱਲਮ ਪੱਟੀ ਦਿੱਤੀ ਵੀ ਕਨਈਆ ਤੂੰ ਉਹਨਾਂ ਨੂੰ ਜਲ ਕਿਉਂ ਛਕਾਉਣਾ ਵਾ ਲੋਕ ਕਹਿੰਦੇ ਆ ਤੂੰ ਦੁਸ਼ਮਣਾਂ ਨੂੰ ਵੀ ਜਲ ਛਕਾਉਣਾ ਸਭ ਦਾ ਵਾਲਾ ਕਰੇ ਭਗਵਾਨ ਤੇ ਕਨਈਆ ਜੀ ਕਹਿੰਦੇ ਹੋ ਮੇਰੇ ਕਾਂਗੀਆਂ ਵਾਲਿਆ ਮੈਨੂੰ ਉਹਨਾਂ ਦੇ ਚਿਹਰੇ ਚ ਕੋਈ ਮੈਨੂੰ ਦੁਸ਼ਮਣ ਦਿੰਦਾ ਹੀ ਨਹੀਂ ਮੈਨੂੰ ਤਾਂ ਸਾਰੇ ਹੀ ਪਾਸੇ ਤੂੰ ਹੀ ਤੂੰ ਦੇਖ ਰਿਹਾ ਤੇ ਬਾਈ ਦੇਖਣ ਵਾਲੀ ਅੱਖ ਚਾਹੀਦੀ ਹੈ ਰੱਬ ਤਾਂ ਰਾਮ ਬਲਾਸ ਪਾਸਵਾਨ ਚ ਵੀ ਉੱਡਾ ਹੀ ਆ ਆ ਦੇਖੋ ਜੱਟਾਂ ਬਣੀਆਂ ਪਈਆਂ ਬੁਰੇ ਹਾਲਾਤ ਨੇ ਰਾਮ ਬਲਾਸ ਪਾਸਵਾਨ ਬਸ ਇਹੀ ਕਹੀ ਜਾਂਦਾ ਭਲਾ ਕਰੇ ਭਗਵਾਨ ਭਲਾ ਕਰੇ ਭਗਵਾਨ ਭਾਵੋ ਸਰਕਾਰ ਚ ਰਹਿੰਦਿਆਂ ਹੋਇਆਂ ਵੀ ਜੇ ਤੁਸੀਂ ਕਰ ਨਹੀਂ ਸਕਦੇ ਕੁਛ ਇੱਥੋਂ ਦੇ ਡੀਸੀ ਸਾਹਿਬ ਏਡੀਸੀ ਰੂਲਰ ਜਿਹਦੇ ਏਡੀਸੀ ਜਰਨਲ ਕਿੰਨੇ ਅਫਸਰਾਂ ਦੇ ਅਹੁਦੇ ਵੱਡੇ ਵੱਡੇ ਕੌਂਸਲਰ ਸਾਹਿਬ ਪ੍ਰਧਾਨ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਐਮ ਐਲ ਏ ਸਾਹਿਬ ਐਮ ਪੀ ਸਾਹਿਬ ਇਹ ਸਾਹਿਬ 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 ਕਰਦਿਆਂ ਦੇ ਮੂੰਹ ਥੱਕ ਗਏ ਬਾਈ ਸਭ ਕਾ ਭਲਾ ਕਰੇ ਦੇਖੋ ਆ ਵੀ ਇੱਥੇ ਵੀ ਜਾ ਗੁੱਟ ਤੇ ਵੀ ਸਭ ਕਾ ਭਲਾ ਕਰੇ ਭਗਵਾਨ ਲੋਕ ਦੱਸਦੇ ਆ ਚਾਰ ਪੰਜ ਪਹਿਲਾਂ ਮਹੀਨਾ ਡੇਢ ਮਹੀਨਾ ਪਹਿਲਾਂ ਇੱਥੇ ਰਿਕਸ਼ਾ ਉਹਦੇ ਚ ਵੱਜਿਆ ਮੋਟਰਸਾਈਕਲ ਚ ਐਕਸੀਡੈਂਟ ਹੋ ਗਿਆ ਸੱਟ ਲੱਗ ਗਈ ਆ ਮੂੰਹ ਵੀ ਛਿੱਲਿਆ ਗਿਆ ਸੀ ਸਾਰਾ ਲੱਤ ਵੀ ਤੇ ਹੁਣ 20 25 ਦਿਨ ਹੋ ਗਏ ਲੱਤ ਮੱਚ ਗਈ ਇਹਦੀ ਪਸ ਪਈ ਪਈ ਲੱਤ ਗਲੀ ਪਈ ਆ ਤੇ ਆ ਬਾਈ ਦੋ ਹੀ ਬੰਦੇ ਇਹਨਾਂ ਨੂੰ ਅੱਖਾਂ ਦਿੱਤੀਆਂ ਰੱਬ ਨੇ ਹੋਰ ਬਾਕੀ ਅੰਨੇ ਸੀ ਦੁਨੀਆਦਾਰੀ ਜਾਂ ਜਿਹੜੇ ਕੁਛ ਬੰਦੇ ਨੂੰ ਰੋਟੀ ਰਾਟੀ ਦੇਈ ਜਾਂਦੇ ਜਿਹੜੇ ਬਾਈ ਦੱਸਦੇ ਨੇ ਵੀ ਕੋਈ ਰੋਟੀ ਦੇ ਦਿੰਦਾ ਕੋਈ ਚਾਹ ਪਾਣੀ ਪਿਲਾ ਦਿੰਦਾ ਬਈ ਇਹੀ ਜੇ ਆਉਂਦੇ ਬੰਦੇ ਆ ਫਲੋਰ ਸ਼ਹਿਰ ਚ ਬਸ ਸਭ ਕੋ ਵਾਲਾ ਬਾਕੀ ਸਾਰੇ ਕਮੀਆਂ ਕੱਢਣ ਵਾਲੀ ਆ ਵੀ ਜੇ ਤੋ ਸ਼ਰਾਬੀ ਆ ਜੇ ਤੋ ਇਹ ਆ ਤਾਂ ਇਹ ਗਾਲਾਂ ਕੱਢਦਾ ਬਾਈ ਜੀ ਕੀ ਨਾਂ ਤੁਹਾਡਾ ਜਿਹਨਾਂ ਨੇ ਵੀਡੀਓ ਭੇਜੀ ਸਾਨੂੰ ਬਾਈ ਤੁਹਾਡਾ ਕੀ ਨਾਂ ਮੇਰਾ ਮੱਗਰ ਸਿੰਘ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਭੈਣੀ ਭੈਣੀ ਚਰਨਜੀਤ ਸਿੰਘ ਤੁਹਾਡਾ ਵੀ ਭੈਣੀ ਪਿੰਡ ਦੇਖੋ ਇਹ ਦੋਨੇ ਭਰਾ ਭੈਣੀ ਪਿੰਡ ਤੋਂ ਬਾਈ ਇੱਥੋਂ 10 ਕਿਲੋਮੀਟਰ ਦੂਰ ਤੋਂ ਚੱਲ ਕੇ ਇਹ ਇੱਥੇ ਪਹੁੰਚ ਗਏ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੁਹਾਡਾ ਕੀ ਨਾਮ ਵੀਰੇ ਨਰਿੰਦਰ ਇਹ ਬਾਈ ਇੱਥੇ ਬਾਜ਼ਾਰ 'ਚ ਕਿਸੇ ਕੰਮ ਆਏ ਇਹਨਾਂ ਨੇ ਗੱਡੀ ਇੱਥੇ ਲਾਈ ਭਗਵਾਨ ਉੱਥੇ ਗੱਡੀ ਲਾਈ ਤੇ ਇੱਥੇ ਬੈਠਾ ਬੰਦਾ ਧੁਨੀ ਸੇਕ ਰਿਹਾ ਤੇ ਉਹਦੀ ਲੱਤ ਮੱਚੀ ਹੋਈ ਹੈ ਸਾਰੀ ਤੇ ਇਹਨਾਂ ਦੇ ਬਾਈਆਂ ਨੇ ਜਿਹੜੇ ਧਿਆਨ 'ਚ ਆਈ ਵੀ ਯਾਰ ਬਜ਼ੁਰਗ ਬੈਠਾ ਉਹਦੀ ਲੱਤ ਮੱਚੀ ਹੋਈ ਇਹਨਾਂ ਨੇ ਆ ਕੇ ਪੁੱਛਿਆ ਬਾਪੂ ਨਾਲ ਗੱਲ ਕੀਤੀ ਬਾਪੂ ਨੂੰ ਪੁੱਛਿਆ ਵੀ ਤੈਨੂੰ ਕਿਤੇ ਭੇਜ ਦਈਏ ਕਿਸੇ ਚੰਗੀ ਥਾਂ ਤੇ ਤੇ ਬਾਪੂ ਵੀ ਕਿਹਾ ਵੀਡੀਓ 'ਚ ਵੀ ਬੋਲ ਰਿਹਾ ਵੀ ਹਾਂ ਭੇਜ ਦਿਓ ਬਹੁਤ ਦਲ ਆਪਕਾ ਭਲਾ ਹੋਗਾ ਤੇ ਫਿਰ ਬਾਈਆਂ ਨੇ ਸਾਨੂੰ ਵੀਡੀਓ ਭੇਜੀ ਫਿਰ ਹੁਣ 5 ਦਿਨ ਹੋ ਗਏ ਕਰੀਬ 5 ਤੋਂ ਵੀ ਵੱਧ ਹੀ ਹੋ ਗਏ ਉਹਨਾਂ ਨੇ ਸਾਡੇ ਨਾਲ ਗੱਲ ਚੱਲਦੀ 5 ਦਿਨ ਹੋ ਗਏ ਇਹਨਾਂ ਦੀ ਸਾਡੇ ਨਾਲ ਗੱਲ ਚੱਲਦਿਆਂ ਨੂੰ ਬਾਈਆਂ ਦੀ ਕਿਉਂਕਿ ਸਾਡੇ ਕੋਲੇ ਜਿਵੇਂ ਤੁਹਾਨੂੰ ਪਤਾ ਵੀਡੀਓ ਵੀ ਅਸੀਂ ਸੰਗਤ ਨਾਲ ਸ਼ੇਅਰ ਕੀਤੀ ਸੀ ਰਸੋਈ ਵਾਲੀ ਜਗ੍ਹਾ ਜਿਹੜੀ ਸਾਡੀ ਉਹਦੇ 'ਚ ਵੀ ਰਾਤ ਨੂੰ ਮੰਜੇ ਭਰ ਦਿੰਦੇ ਹਾਂ ਜੀ 450 ਦੇ ਕਰੀਬ ਬੰਦਾ ਅੰਦਰ ਪਿਆ ਵਾ ਤੇ ਜਗ੍ਹਾ ਸਾਡੇ ਕੋਲੇ 300 ਬੰਦੇ 150 ਬੰਦਾ ਸੀ ਐਕਸਟਰਾ ਭਰਿਆ ਹੋਇਆ ਦੁਬਾਰਾ ਤੋਂ ਇੱਕ ਟੈਂਟ ਤੰਬੂ ਯਾਨੀ ਕਿ ਮੂਹਰੇ ਲੋਹੇ ਦੀਆਂ ਤਰਪਾਲਾਂ ਲੋਹੇ ਦੀਆਂ ਚਾਦਰਾਂ ਤਾਂ 5-5 ਲੱਖ ਦੀਆਂ ਪੈ ਜਾਂਦੀਆਂ ਹੁਣ ਅਸੀਂ ਚਾਦਰਾਂ ਜਿਹੜੀਆਂ ਹੁੰਦੀਆਂ ਆਪਣੀਆਂ ਪਲਾਸਟਿਕ ਦੀਆਂ ਸ਼ੀਟਾਂ ਜਿਹੜੀਆਂ ਤਰਪਾਲਾਂ ਕਹਿ ਸਕਦੇ ਹਾਂ ਉਹ ਪਾ ਕੇ ਕੁਲਦੀਪ ਸਿੰਘ ਆ ਬਾਈ ਲੱਕੜੀ ਦੇ ਘਰ ਬਣਾਉਂਦਾ ਉਹ ਬਾਂਸਾਂ ਦੇ ਉਹਦੀ ਡਿਊਟੀ ਲਾਈ ਆ ਉਹ ਉਹਨੂੰ ਕਿਹਾ ਵੀ ਤੂੰ ਇੱਕ ਵੱਡਾ ਤੰਬੂ ਬਣਾ ਦੇ ਜਿਹਦੇ 'ਚ 50-60 ਮੰਜੇ ਲੱਗ ਜਾਣ ਸਾਨੂੰ ਤੇ ਫਿਰ ਅੱਜ ਅਸੀਂ ਬਾਪੂ ਜੀ ਨੂੰ ਹੁਣ ਇੱਥੋਂ ਲੁਧਿਆਣੇ ਤੋਂ ਇੱਥੇ ਲੈਣ ਆਏ ਹਾਂ
ਯਕੀਨ ਮੰਨਿਓ ਬਾਈ ਜੀ, ਇੱਕ ਸ਼ੇਰਪੁਰ ਚੌਂਕ 'ਚ ਬੰਦਾ ਪਿਆ ਸੀ, ਉਹਨਾਂ ਦਾ ਸਾਨੂੰ ਫੋਨ ਆਇਆ ਅੱਜ, ਕਿਉਂਕਿ ਸਾਡੇ ਕੋਲ ਬੈੱਡ ਨੂੰ ਜਗ੍ਹਾ ਨਹੀਂ। ਦੂਜੇ ਦਿਨ ਫਿਰ ਫੋਨ ਆਇਆ, ਉਹਨਾਂ ਨੇ ਵੀਡੀਓ ਭੇਜੀ ਵੀ ਬੰਦਾ ਸੀਰੀਅਸ ਆ ਬਾਈ, ਆ ਕੇ ਜਾਓ। ਅਸੀਂ ਸ਼ਾਮ ਨੂੰ ਐਡਜਸਟਮੈਂਟ ਕਰੀ, ਮੈਂ ਚੱਲ ਆਪਾਂ ਇੱਕ ਮੰਜਾ ਤਾਂ ਲਾਈਏ ਲਿਆ ਕੇ, ਕਿੱਦਾਂ ਤਾਂ ਜਗ੍ਹਾ ਬਣਾਉਂਦੇ ਹਾਂ। ਸਾਨੂੰ ਬਾਈ ਸ਼ਾਮ ਨੂੰ ਉਹਨਾਂ ਦੀ ਫੋਟੋ ਭੇਜੀ, ਉਹਨਾਂ ਨੇ ਵੀਡੀਓ ਭੇਜੀ, ਕਹਿੰਦੇ ਮਰ ਗਿਆ ਬੰਦਾ ਬਾਈ, ਸੜਕ ਤੇ ਪਿਆ ਠੰਡਾ, ਠੰਡ 'ਚ ਮਰ ਗਿਆ ਬੰਦਾ। ਉਹ ਫਿਰ ਆਪਣੇ ਆਪ ਨੂੰ ਬਾਈ ਦੁੱਖ ਲੱਗਦਾ, ਸ਼ਰਮ ਆਉਂਦੀ ਆ ਵੀ ਯਾਰ, ਸਾਨੂੰ ਪਰਮਾਤਮਾ ਨੇ ਜੀ ਡਿਊਟੀ ਲਾਈ ਆ, ਅਸੀਂ ਲੈ ਕੇ ਕਾਹਤੋਂ ਨਹੀਂ ਆ ਸਕੇ। ਪਰ ਸਾਡੀ ਬਾਈ ਮਜਬੂਰੀ ਬਹੁਤ ਵੱਡੀ ਆ, ਕਿਉਂਕਿ ਸਾਡੇ, ਅਸੀਂ ਵੀ ਇੱਕ ਇਨਸਾਨ ਆ, ਸਾਡੇ ਕੋਲ ਕੋਈ ਏਦਾਂ ਦਾ ਸਿਸਟਮ ਤਾਂ ਹੈ ਨੀ ਵੀ ਸਾਰਾ ਕੁਝ ਜੋ ਕਹਿਤਾ ਉਹੀ ਹੋ ਜਾਣਾ, ਹਨਾ। ਸਾਡੀ ਇੱਕ ਸਟਰੈਂਥ ਹੈ ਕਿ ਜਿੰਨੀ ਕੁ ਜੋਗੇ ਹੈਗੇ, ਜਿੱਥੇ ਜਿੱਥੇ ਡਿਊਟੀ ਲਾਉਂਦਾ, ਜੇ ਉਹਦੀ ਵੀ ਬਾਬੀ ਦੀ ਬਾਪੂ ਦੀ ਸਾਡੇ ਕੋਲੇ, ਮਹਾਰਾਜ ਨੇ ਸੇਵਾ ਸਾਡੇ ਕਰਮਾਂ 'ਚ ਲਿਖੀ ਹੁੰਦੀ, ਅਸੀਂ ਕਰ ਹੀ ਲੈਣੀ ਸੀ। ਉਹ ਨਹੀਂ ਸੀ ਕਰਮਾਂ 'ਚ, ਵਿਚਾਰਾ ਸੜਕ ਤੇ ਪਿਆ ਹੀ ਤੁਰ ਗਿਆ। ਹਾਂ, ਉਹਦੀ ਏਦਾਂ ਦੀ। ਹੁਣ ਸਾਨੂੰ ਇਹਦਾ ਵੀ, ਬਾਪੂ ਦਾ ਵੀ ਐਂ ਲੱਗੀ ਜਾਂਦਾ ਸੀ, ਕੱਲ ਦਾ ਦਿਮਾਗ 'ਚ ਸੀਗਾ ਚੱਲਦਾ ਵੀ ਯਾਰ ਕਿਤੇ ਬਾਪੂ ਚੜ੍ਹਾਈ ਨਾ ਕਰ ਜਾਵੇ, ਠੰਡ 'ਚ ਪਿਆ, ਲੱਤ ਗਲੀ ਹੋਈ ਆ। ਇਹੀ ਸੀਗਾ ਜੀ, ਉੱਤੋਂ ਜੇ ਮੌਸਮ ਵੀ ਖਰਾਬ ਆ ਜੀ, ਬਾਰਿਸ਼ ਆ ਗਈ ਬਾਰਿਸ਼ ਆ ਜਾਤੀ ਹੈ ਜਬ ਕਹਾਂ ਸੋਤੇ ਹੋ, ਇਸਕੇ ਅੰਦਰ ਹੈ ਬਾਈ। ਗਰੀਬ ਨੂੰ ਤਾਂ ਧਰਤੀ ਵੀ ਵੇਲ ਦੇ ਜਾਂਦੀ ਆ, ਜਦੋਂ ਸਿਰ ਤੇ ਛੱਤ ਨਾ ਹੋਵੇ ਨਾ, ਫਿਰ ਚਾਰ ਪੱਤੇ ਵੀ ਛੱਤ ਦਾ ਕੰਮ ਕਰ ਜਾਂਦੇ ਆ। ਤੇ ਜਦੋਂ ਭੁੱਖ ਲੱਗੀ ਹੋਵੇ ਫਿਰ ਬੰਦਾ ਮਿੱਟੀ ਵੀ ਖਾ ਜਾਂਦਾ, ਤੇ ਜਦੋਂ ਨੀਂਦ ਆਉਂਦੀ ਹੋਵੇ ਨਾ ਸਿਰ ਨੂੰ ਚੜ੍ਹ ਕੇ ਪੂਰੀ, ਫਿਰ ਬੰਦਾ ਫਰਸ਼ ਤੇ ਵੀ ਸਵਰਗ ਵਰਗੀ ਨੀਂਦ ਲੈ ਲੈਂਦਾ। ਬਸ ਗੱਲ ਇਹ ਉਸ ਲੈਵਲ ਦੀ ਆ ਜਿਹੜੀ ਅਸੀਂ ਕਦੇ ਸਮਝ ਨਹੀਂ ਪਾਉਂਦੇ। ਅਸੀਂ ਘਰਾਂ ਕੋਠੀਆਂ ਹੀਟਰਾਂ ਤੇ ਰਜਾਈਆਂ ਦੇ ਨਿੱਘ ਮੰਨਣ ਵਾਲੇ ਲੋਕ, ਬਾਪੂ ਰਾਮ ਵਿਲਾਸ ਪਾਸਵਾਨ ਵਰਗੇ, ਪਾਸਵਾਨ ਤਾਂ ਹੈ ਨਹੀਂ ਬਾਪੂ ਸੱਚ, ਮੇਰੇ ਦੇ ਮੂੰਹ 'ਚ ਚੜ੍ਹਿਆ ਹੋਇਆ ਨਾਂ ਵਾਰ ਵਾਰ, ਇੱਦਾਂ ਦੇ ਰਾਮ ਵਿਲਾਸ ਵਰਗੇ ਬੰਦਿਆਂ ਦੀ ਤਕਲੀਫ਼ ਨੂੰ ਨਹੀਂ ਸਮਝ ਸਕਦੇ। ਜਿਹਨੂੰ ਮਾੜੀ ਜਿਹੀ ਠੰਡ ਲੱਗੀ ਨੀ, ਦਸਤਾਨੇ ਪਾ ਲਏ, ਜਰਾਬਾਂ ਪਾ ਲਈਆਂ, ਗੱਡੀ 'ਚ ਹੀਟਰ ਲਾ ਲਿਆ, ਘਰ 'ਚ ਹੀਟਰ ਲਾ ਲਏ, ਬਾਈ ਉਹ ਨਹੀਂ ਸਮਝ ਸਕਦਾ ਰਾਮ ਵਿਲਾਸ ਕਿਹੜੇ ਹਾਲਾਤਾਂ 'ਚ ਬੈਠਾ ਇੱਥੇ। ਅਤੇ ਇਕੱਲਾ ਰਾਮ ਵਿਲਾਸ ਨਹੀਂ ਜੀ, ਰਾਮ ਵਿਲਾਸ ਵਰਗੇ ਬਹੁਤ ਲੋਕ ਨੇ ਬੈਠੇ ਸਾਡੇ ਲੁਧਿਆਣੇ 'ਚ, ਇੰਨੇ ਬੰਦੇ ਵਿਚਾਰੇ ਪੁਲਾਂ ਥੱਲੇ ਬੈਠੇ ਆ, ਅਤੇ ਉਹ ਕਿਸੇ ਦੀਆਂ ਦੁਕਾਨਾਂ ਮੂਹਰਿਓਂ ਜਾਂ ਕਿਤੋਂ ਫੱਟੀਆਂ ਫੁੱਟੀਆਂ ਇਕੱਠੀਆਂ ਕਰਕੇ, ਲੱਕੜਾਂ ਲੁੱਕੜਾਂ ਇਕੱਠੀਆਂ ਕਰਕੇ ਧੂਣੀਆਂ ਲਾਉਂਦੇ ਆ, ਉਹਨਾਂ ਪਿੱਛੇ ਵੀ ਉਹਨਾਂ ਨੂੰ ਡੰਡੇ ਖਾਣੇ ਪੈਂਦੇ ਆ, ਉਹਨਾਂ ਪਿੱਛੇ ਵੀ ਉਹਨਾਂ ਨੂੰ ਕੁੱਟ ਖਾਣੀ ਪੈਂਦੀ ਆ। ਲਾਲਾ ਕਹਿੰਦਾ ਮੇਰੇ ਗੱਤਾ, ਤੁਸੀਂ 100 ਰੁਪਏ ਦਾ ਗੱਤਾ ਚੱਕ ਲਿਆ, ਮੈਂ ਵੇਚਣਾ ਸੀਗਾ। ਉਹਨਾਂ ਨੂੰ ਧੂਣੀ ਵਾਸਤੇ ਗੱਤੇ ਵੀ ਚੋਰੀ ਕਰਨੇ ਪੈ ਰਹੇ ਆ। ਦੋ ਥਾਵਾਂ ਤੇ ਸਾਨੂੰ ਇਹ ਗੱਲਾਂ ਸਾਹਮਣੇ ਆਉਂਦੀਆਂ, ਪਤਾ ਲੱਗਦਾ, ਕਿਉਂਕਿ ਅਸੀਂ ਹਰ ਰੋਜ਼, ਸਾਡੇ ਪਰਿਵਾਰ ਦਾ ਹਿੱਸਾ ਨੇ, ਅਸੀਂ ਵਿਚਰਦੇ ਰਹਿੰਦੇ, ਪਤਾ ਲੱਗਦੀਆਂ ਰਹਿੰਦੀਆਂ ਇਹਨਾਂ ਦੀਆਂ ਸਮੱਸਿਆਵਾਂ, ਇਹਨਾਂ ਦੇ ਦੁੱਖ ਤਕਲੀਫਾਂ ਨੂੰ ਅਸੀਂ ਨੇੜੇ ਹੋ ਕੇ ਦੇਖਦੇ ਰਹਿੰਦੇ। ਪਰ ਇਹਨਾਂ ਦੀ ਦੁੱਖ ਤੇ ਤਕਲੀਫ਼ ਨੂੰ ਸਮਝਣ ਵਾਸਤੇ ਚਰਨਜੀਤ ਸਿੰਘ ਵਰਗੇ ਵੀਰ, ਮੱਘਰ ਸਿੰਘ ਵਰਗੇ ਵੀਰ ਇੱਕ ਜ਼ਰੀਆ ਬਣਦੇ ਨੇ। ਇਹਨਾਂ ਦੇ ਮਨ 'ਚ ਵੱਸ ਕੇ ਪਰਮਾਤਮਾ ਨੇ ਅੱਜ ਸਾਡੇ ਤੋਂ ਬਾਪੂ ਰਾਮ ਵਿਲਾਸ ਦੀ ਸੇਵਾ ਲਈ ਆ। ਹਾਲਾਂਕਿ ਜਦੋਂ ਅਸੀਂ ਇੱਥੇ ਆ ਕੇ ਉਤਰੇ, ਗੱਡੀ ਰੋਕੀ, ਕੁਛ ਬੰਦਿਆਂ ਤੋਂ ਪੁੱਛਣਾ ਸ਼ੁਰੂ ਕੀਤਾ ਬਾਪੂ ਬਾਰੇ ਵਿਊ ਲਿਆ, ਜਿਵੇਂ ਕਹਿੰਦੇ ਨੇ ਜੀ ਰਿਸ਼ਤੇਦਾਰ, ਜਦੋਂ ਆਪਾਂ ਵਿਆਹ ਸ਼ਾਦੀ ਕਰਦੇ ਹਾਂ, ਮੁੰਡੇ ਕੁੜੀ ਦੀ ਰਿਸ਼ਤਾ ਕਰਦੇ ਹਾਂ, ਭਾਨੀ ਮਾਰ ਹੁੰਦਾ ਜਿਵੇਂ ਨਾ ਕਹਿ ਦਈਏ। ਅੱਜ ਕੱਲ੍ਹ ਲੋਕ ਚੰਗਾਈ ਦੱਸਣ ਦੀ ਬਜਾਏ ਪਹਿਲਾਂ ਬੁਰਾਈ ਦੱਸਦੇ ਨੇ, ਪੋਜ਼ਿਟਿਵਿਟੀ ਦੱਸਣ ਦੇ ਬਜਾਏ ਪਹਿਲਾਂ ਨੈਗੇਟਿਵਿਟੀ ਕਰਦੇ ਨੇ। ਉਹ ਗੱਲ ਆ ਵੀ ਦੋ ਗਲਾਸ ਪਏ ਸੀਗੇ, ਉਹਦੇ 'ਚ ਇੱਕ ਖਾਲੀ ਸੀਗਾ, ਅੱਧਾ ਉਹਦੇ 'ਚ ਅੱਧੀ ਕੁ ਚਾਹ ਸੀ, ਉਹਨੂੰ ਇੱਕ ਨੇ ਪੁੱਛਿਆ ਵੀ ਇਹ ਕੀ ਗਲਾਸ 'ਚ ਕੀ ਆ, ਉਹ ਕਹਿੰਦਾ ਅੱਧਾ ਖਾਲੀ ਆ, ਕਹਿੰਦਾ ਅੱਧਾ ਭਰਿਆ ਹੋਇਆ। ਸਮਝਣ ਦੀ ਉਹ ਗੱਲ ਆ ਬਸ, ਜਿਹਨੇ ਕਿ ਅੱਧਾ ਭਰਿਆ ਹੋਇਆ ਉਹ ਪੋਜ਼ਿਟਿਵ ਬੰਦਾ ਵਾ, ਜਿਹਨੇ ਕਿ ਅੱਧਾ ਖਾਲੀ ਆ ਉਹ ਨੈਗੇਟਿਵ ਬੰਦਾ, ਉਹਦੇ ਦਿਮਾਗ 'ਚ ਉਹੀ ਚੀਜ਼ ਦਿਖਣੀ ਆ ਜਿਹੜੀ ਨੈਗੇਟਿਵ ਹੋ ਰਹੀ ਆ। ਉਹ ਕਹਿੰਦਾ ਜੀ ਇਹਦਾ ਸ਼ਰਾਬ ਪੀ ਲੈਂਦਾ ਜੀ ਵਾਹਵਾ, ਕਹਿੰਦਾ ਜੀ ਇੱਦਾਂ ਕਰ ਲੈਂਦਾ, ਇੱਦਾਂ ਉੱਦਾਂ ਕਰ ਲੈਂਦਾ। ਪਰ ਸਾਡਾ ਫਰਜ਼ ਬਣਦਾ ਸੀ, ਇਹਨਾਂ ਦੀਆਂ ਕਮੀਆਂ ਨੇ, ਇਹਨਾਂ ਦੀਆਂ ਰੋਟੀ ਤਾਂ ਜੋੜਦੀ ਨਹੀਂ ਜੀ, ਸ਼ਰਾਬ ਕਿੱਥੋਂ ਪੀ ਲੈਣੀ ਆ, ਸਮੱਸਿਆਵਾਂ ਇਹ ਨਹੀਂ ਸਮਝ ਆਉਂਦੀ। ਬਿਲਕੁਲ ਜੀ, ਲੋਕ ਤਾਂ ਦੇਖੋ ਤਾਂ ਸਹੀ ਕੰਬਣ ਡਿਆ, ਹਜੇ ਵੀ ਦੇਖੋ ਕੰਬਣ ਡਿਆ ਬਾਈ। ਗਿੱਲੀ ਗਿੱਲੀ ਹੋਈ ਕੰਬਲ ਆ, ਗਿੱਲਾ ਹੀ ਰਜਾਈ ਆ, ਥੱਲੇ ਵੀ ਜਿਹੜਾ ਕੰਬਲ ਆ ਵੀ ਗਿੱਲਾ। ਹੁਣ ਇਹਨੂੰ ਕਿਹੜਾ ਪਤਾ ਸੀ ਵੀ ਆਪਾਂ ਆਉਣਾ ਨਹੀਂ, ਤਾਂ ਐਂ ਕੱਢਣੀ ਸੀ ਰਾਤ ਅੱਜ, ਹਨਾ। ਅਸੀਂ ਤਾਂ ਤੁਹਾਨੂੰ 10-20 ਮਿੰਟ ਪਹਿਲਾਂ ਫੋਨ ਕੀਤਾ ਵੀ ਅਸੀਂ ਆ ਰਹੇ ਹਾਂ, ਤੇ ਇਹ ਬੰਦਾ ਐਂ ਰਾਤ ਕੱਢਦਾ ਜੀ ਬਾਈ। ਰੱਬ ਵੀ ਨਿੱਘ ਦੇ ਦਿੰਦਾ,
ਹੁਣ ਇਹਦੀ ਲੱਤ ਗਲੀ ਹੋਈ ਆ, ਇੰਨਾ ਵੱਡਾ ਜ਼ਖਮ ਹੋਵੇ, ਆਮ ਬੰਦਾ ਬਾਈ ਜੀ ਹਸਪਤਾਲ ਜਾ ਕੇ ਸਫਾਈ ਕਰਾ ਕੇ ਜਿੰਨਾ ਟਾਈਮ ਉਹਦੇ ਕਰੀਂਟ ਨਹੀਂ ਪ੍ਰੋਪਰ ਆਉਣ ਲੱਗਦਾ ਆਪਾਂ ਛੁੱਟੀ ਨਹੀਂ ਲੈਂਦੇ, ਤੇ ਉਹ ਬੰਦਾ ਏਡਾ ਵੱਡਾ ਜ਼ਖਮ ਹੋਇਆ, ਪਸ ਪਈ ਆ, ਟਸ ਟਸ ਕਰਦੀ ਹੋਈ ਸਾਰੀ ਰਾਤ, ਬਾਬੂ ਫਿਕਰ ਮਤ ਕਰੋ, ਚਲਤੇ ਹੈ ਅਬ ਠੀਕ ਹੈ, ਪੈਦਲ ਚਲ ਕੇ ਦਿਖਾਓਗੇ ਜਾਂ ਉਠਾ ਕੇ ਲੈ ਚਲੇ? ਨਹੀਂ ਚਲ ਪਾਤੇ ਹੈ, ਕੋਈ ਗੱਲ ਨੀ, ਫਿਰ ਕੰਬਲ ਚ ਪਾ ਲੈਂਦੇ ਹਾਂ, ਕੰਬਲ ਚ ਪਾ ਕੇ ਚੱਕ ਲੈਂਦੇ ਹਾਂ ਤੈਨੂੰ ਅਸੀਂ, ਲੋ ਮੁੰਡੇ ਹੱਥ ਪਵਾਓ ਬਾਪੂ ਨੂੰ, ਆਪਾਂ ਚੱਕੀਏ, ਸਭ ਕਾ ਭਲਾ ਕਰੇ, ਸਤਨਾਮ ਏਦਾਂ ਕਰ ਲਾ, ਚੱਕ ਕੇ ਇਹਦੇ ਉੱਤੇ ਕਰ ਲਾ ਹੁਣ ਬਾਪੂ ਨੂੰ, ਬਾਪੂ ਜੀ ਜੈ ਹੋ, ਹਜੇ ਦਾਦਾ ਸਭ ਕਾ ਭਲਾ ਕਰੇ ਭਗਵਾਨ, ਸਤਿਗੁਰੂ ਚਾਰੇ ਲੜ ਫੜ ਲੈ, ਆ ਕੰਬਲੀ ਚੱਕਣਾ ਬਾਈ ਏਦਾਂ ਆਪਾਂ, ਤੁਸੀਂ ਆ ਲੜ ਫੜ ਲੈ, ਨਾਮ ਲਿਓ ਫੜ ਲੈਣਾ, ਜੈ ਹੋ ਬਾਪੂ, ਕਾਗਜ਼ ਪੱਤਰ ਤੇਰੇ, ਜੈ ਹੋ ਸਭ ਕਾ ਭਲਾ ਕਰੇ ਭਗਵਾਨ, ਇੱਥੇ ਤਾਂ ਨੀ ਬਾਬਾ ਕੁਛ, ਤੇਰਾ ਇੱਕ ਮਿੰਟ ਲਿਆਇਓ ਜੀ ਮਾੜਾ, ਘੁਮਾਇਓ ਬਾਪੂ ਨੂੰ ਇੱਕ ਮਿੰਟ, ਬਾਪੂ ਇੱਥੇ ਤਾਂ ਨੀ ਤੇਰਾ ਕੁਛ ਪਿਆ, ਬਿਸਕੁਟ ਹੀ ਆ ਜੀ ਬਸ, ਇੱਧਰ ਨੂੰ ਘੁਮਾਇਓ ਬਾਪੂ ਮਾੜਾ, ਇੱਧਰ ਨੂੰ ਘੁਮਾਇਓ ਬਾਈ ਜੀ ਮਾੜਾ ਜਿਹਾ, ਇਹਨੂੰ ਘੁਮਾਇਓ, ਰਾਮ ਵਿਲਾਸ ਬਾਬਾ ਉੱਥੇ ਤਾਂ ਨੀ ਕੁਛ ਪਿਆ ਤੇਰਾ, ਬਿਸਕੁਟ ਹੋਣਗੇ ਬਸ, ਹੋਰ ਕੁਛ ਪੇਪਰ ਕਾਗਜ਼ ਪੈਸਾ ਕੁਛ, ਉਹ ਜੇਬ ਮੇ ਤੇਰੇ, ਨਹੀਂ ਉਹ ਜੇਬ ਮੇ ਹੈ ਨਾ ਕਾਗਜ਼, ਹਾਂ ਹੈ ਨਾ ਜੇਬ ਮੇ ਕਾਗਜ਼ ਹੈ ਮੇਰੇ, ਠੀਕ ਹੈ ਚਲੋ ਚਲੋ, ਭਗਵਾਨ ਹਰੇ ਭਗਵਾਨ, ਹਮਾਰੇ ਮਾਂ ਬਾਪ ਹੋ ਗਏ ਹੋ, ਹਮਾਰੇ ਮਾਂ ਬਾਪ ਹੋ ਗਏ ਹੋ, ਹਰੇ ਭਗਵਾਨ ਮਾਂ ਬਾਪ ਹੋ ਗਏ ਹੋ, ਬਸ ਜੀ ਸਾਰੇ ਅਰਦਾਸ ਕਰਿਓ ਵੀ ਬਾਪੂ ਕੰਬਲ ਪਾਸੇ ਕਰ ਦੇ, ਚੱਕ ਇੱਥੇ ਬਿਠਾ ਲਓ ਉੱਪਰ, ਇੱਥੇ ਰੱਖ ਲਓ ਦੋ ਮਿੰਟ, ਮੈਂ ਤਾਂ ਚੱਕ ਕੇ ਰੱਖ ਲਿਆ ਪ੍ਰਧਾਨ, ਇੱਥੇ ਰੱਖ ਕੇ ਨਾ ਹੁਣ ਪਾਸੇ ਕਰ ਦੇ ਸਤਨਾਮ ਸਾਰਾ ਕੁਛ, ਭਗਵਾਨ ਮੇਰੇ ਬਾਪ ਮਾਂ ਬਾਪ ਹੋ ਗਏ, ਅਰੇ ਭਗਵਾਨ ਬਚ ਗਏ ਨਾ, ਕੰਬਲ ਹੋਰ ਵਿਛਾ ਦੇ, ਅਰੇ ਭਗਵਾਨ ਹਮਾਰੇ ਮਾਂ ਬਾਪ ਹੋ ਗਏ, ਆ ਮਗਰ ਸਿੰਘ ਕੰਬਲ ਸਿੱਧਾ ਕਰ ਦੇ, ਚੱਕੋ ਤਾਂ ਢੋਲ ਵਾਲੋ ਪਿੱਛੇ, ਢੋਲ ਵਾਲੋ ਬਾਪੂ, ਟੋਪੀ ਠੀਕ ਕਰ ਦੇ ਸਤਨਾਮ ਬਾਪੂ ਦੀ, ਥੋੜੀ ਕੰਨਾਂ ਦੇ ਕੰਨ ਜੇ ਢੱਕ ਦੇ, ਮਾਈਕ ਲਾ ਲਾ ਨਾ, ਮੇਰੇ ਮਾਂ ਬਾਪ ਹੋ ਗਏ, ਬਾਪੂ ਆਪਕੋ ਬੁਲਾ ਥਾ ਨਾ, ਆ ਜਾ ਕੱਲ ਕੋ ਲੈ ਜਾਵਾਂਗੇ, ਠੀਕ ਹੈ ਜੀ, ਉਧਰ ਬਸ ਨੂੰ ਵੋਲਟ ਦੇ, ਮੈਂ ਕਰ ਦਿੰਦਾ, ਕਰ ਦਿੰਦਾ, ਖੁਸ਼ ਹੈ ਜਾਣੇ ਕੇ ਲਈ, ਬਾਪੂ ਜਾਣਾ ਹੈ ਹੈ ਬਾਪੂ ਸਾਡੇ ਨਾਲ ਜਾਣਾ, ਚਲੇ ਹਾਸਪਿਟਲ ਮੈਂ, ਜਹਾਂ ਮਰਜ਼ੀ ਛੋੜ ਦਿਓ ਭਗਵਾਨ, ਅਰੇ ਬਾਬਾ ਭਾਈ ਹੈ ਤੂੰ ਹਮਾਰੇ ਬੜੇ ਭਾਈ ਹੋ, ਬਾਬਾ ਹੋ ਹਮਾਰੇ, ਭਗਵਾਨ ਭਗਵਾਨ ਕੇ ਪਾ ਘਰ ਲੈ ਕੇ ਜਾਏਂਗੇ, ਭਗਵਾਨ ਕਾ ਘਰ ਹੈ ਸਪਨੋ ਕਾ ਘਰ, ਦੇਖੋ ਜੀ ਅਸੀਂ ਕਹੀ ਜਾਂਦਾ ਵਿਚਾਰਾ ਹੈ ਨਾ, ਸਭ ਕਾ ਭਲਾ ਕਰੇ ਭਗਵਾਨ, ਸਭ ਕਾ ਭਲਾ ਕਰੇ ਭਗਵਾਨ, ਉਹਦਾ ਬਾਈ ਧੰਨਵਾਦ ਉੱਪਰ ਵਾਲੇ ਦਾ ਜਿਹਨੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਚੁਣਿਆ, ਅਸੀਂ ਕੌਣ ਆ ਬਾਈ, ਅਸੀਂ ਤਾਂ ਇਹਨੂੰ ਕਰਦੇ ਥੋੜਾ ਜਿਹਾ ਆਪਦੀ ਦਵਾਈ ਲੈਣ ਜੋਗੇ ਵੀ ਨੀ ਬਾਈ, ਇਹ ਤਾਂ ਗੁਰੂ ਮਹਾਰਾਜ ਕਰਾਉਂਦੇ ਨੇ, ਉਹ ਮੇਰੇ ਕਲਗੀਆਂ ਵਾਲੇ ਨੇ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ, ਦੇ ਦਿਆਂ ਕੰਬਲ ਉੱਤੇ ਪੁੱਤ, ਬੜ ਭਾਗੇ ਆ ਆ ਵੀ ਦੇ ਉੱਤੋਂ ਦੀ ਇੱਕ ਹੋਰ ਕੰਬਲ, ਵੀ ਜਿਹੜੀ ਇਹ ਸੱਚੇ ਪਾਤਸ਼ਾਹ ਸਾਡੇ ਤੋਂ ਸੇਵਾ ਲੈ ਰਹੇ ਨੇ, ਫਿਕਰ ਮਤ ਕਰੋ ਬਾਬਾ ਸਭ ਠੀਕ ਹੋ ਜਾਏਗਾ, ਠੀਕ ਹੈ ਰਾਮ ਵਿਲਾਸ ਬਾਬਾ, ਜੈ ਹੋ ਬਾਪੂ ਜੀ, ਹਮਾਰ ਰਹਿ ਗਏ, ਹਾਂਜੀ
ਲੋਰ ਸ਼ਹਿਰ ਇਹ ਰੋਡ ਕਿਹੜੀ ਵੱਜਦੀ ਹੈ ਜੀ ਜਿੱਥੇ ਉਹ ਟ੍ਰੇਨਿੰਗ ਜੀ ਹੁੰਦੀ ਹੈ ਕਿਲਾ ਰੋਡ ਜ਼ਿਲ੍ਹਾ ਜਲੰਧਰ ਹੈ ਨਾ ਮੇਰੇ ਤੁਹਾਡਾ ਨਾਮ ਮੱਗਰ ਸਿੰਘ ਸਨ ਆਫ ਹਰੀਪੁਰ ਖਾਲਸੇ ਦੇ ਨਾਲ ਪੈਂਦੀ ਲੋਰ ਚ ਕੋਈ ਭੈਣੀ ਹਰੀਪੁਰ ਖਾਲਸਾ ਤਹਿਸੀਲ ਫਲੋਰ ਹਰੀਪੁਰ ਖਾਲਸੇ ਦੇ ਨਾਲ ਕੱਲੀ ਭੈਣੀ ਹਰੀਪੁਰ ਭੈਣੀ ਬਾਈ ਬੋਕਰ ਜਿਹਾ ਵੀ ਲੈ ਆਉਂਦਾ ਜੀ ਆਹੋ ਮੈਂ ਕਿਹਾ ਉਹ ਲੈ ਜਹਾਂ ਤੁਰਨ ਲਈ ਮਾੜਾ ਮੋਟਾ ਜਿਹਾ ਰਾਜੀ ਹੋ ਜਾਣਗੇ ਬਾਪੂ ਜੀ ਤੁਹਾਡਾ ਨਾਮ ਰਾਮ ਵਿਲਾਸ ਹੈ ਔਰ ਪਿਤਾ ਜੀ ਦਾ ਨਾਮ ਪਿਤਾ ਨਾਮ ਜਗਲੀ ਆਧਾਰ ਕਾਰਡ ਦੇਂਗੇ ਦੇਖ ਲੈਣਾ ਕੱਢੀ ਇਹਦੇ ਜੇਬ ਚ ਸਤਨਾਮ ਆਧਾਰ ਕਾਰਡ ਕੱਢੇ ਜੇਬ ਚ ਬਾਪੂ ਦੇ ਗਲਵਜ਼ ਪਾ ਕੇ ਸਾਨੂੰ ਪਿਤਾ ਜੀ ਦਾ ਨਾਮ ਕਿਆ ਜੰਗਲੀ ਜੰਗਲੀ ਵਿਲਾਸ ਰਾਮ ਵਿਲਾਸ ਜੰਗਲੀ ਇਹਦੇ ਵਿੱਚ ਜੀ ਆਪਾਂ ਲਿਖਿਆ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸਾਡੀ ਟੀਮ ਅੱਜ ਫਲੋਰ ਸ਼ਹਿਰ ਦੇ ਕਿਲਾ ਰੋਡ ਤੇ ਪਹੁੰਚੀ ਹੈ ਸਾਡੀ ਟੀਮ ਨੂੰ ਮੱਗਰ ਸਿੰਘ ਸਾਨੂੰ ਮਹਿੰਦਰ ਸਿੰਘ ਵਾਸੀ ਭੈਣੀ ਨੇੜੇ ਹਰੀਪੁਰ ਖਾਲਸਾ ਤੋਂ ਪਤਾ ਲੱਗਿਆ ਹੈ ਕਿ ਇੱਥੇ ਇੱਕ ਅਪਾਹਜ ਬਜ਼ੁਰਗ ਜਿਹੜਾ ਚੱਲ ਫਿਰ ਨਹੀਂ ਸਕਦਾ ਇੱਕ ਲੱਤ ਅੱਗ ਲੱਗਣ ਕਾਰਨ ਸੜ ਚੁੱਕੀ ਹੈ ਲਵਾਰਸਾਂ ਵਾਂਗ 15-20 ਸਾਲਾਂ ਤੋਂ ਸਟੇਸ਼ਨ ਦੇ ਬਾਹਰ ਫਲੋਰ ਸਟੇਸ਼ਨ ਦੇ ਬਾਹਰ ਹੀ ਬੋਰਡ ਦੇ ਦਰਖਤ ਥੱਲੇ ਸੌਂਦਾ ਹੈ ਤੇ ਨਰਕ ਹੁਣ ਅਪਾਹਜ ਅਵਸਥਾ ਚ ਨਰਕ ਕੱਟ ਰਿਹਾ ਹੈ
राम विलास सन ऑफ जंगली विलास जी की चंगी जिंदगी सेवा संभाल ली साडी टीम इन्हां नूं इत्थे मोहतवारां दे सामने सहमति नाल अपनी संस्था पिंड हसनपुर लुधियाणा विखे लैके जा रही है। इह थल्ले साडा स्पैशल एक नोट हुंदा जी भी साडी टीम इन्हां दी चल ते चल जायदाद ते कदे भी कोई अपना हक नहीं जताएगी, साडी टीम इन्हां नूं सिर्फ सेवा संभाल ही लैके। इह तां चलो बापू कोले कुछ नहीं ना, कई थावां ते हुंदी है प्रॉपर्टी घर हुंदा जां किसे दा, फिर असीं पिंड दी पंचायत नूं लिख के दे के जांदे हुंदे आ। पेशाब ना भेजा पिया तां सारा कुछ यार मिल के नहीं आ रही है। राम विलास दूजे पास किन्ने साल दी मिति जन्म किन्नी है? जंगली लिखा चलो बस ठीक है, जंगली विलास लिखता। इत्थे भी ने साइन कर दो। मगर सिंह जी किधर गए ने? मगर सिंह जी तुसी वीर जी करो साइन सारे बंदे ना इत्थे। इत्थे साइन करके इत्थे फोन नंबर पा दो। ये भाई जी चंगे भले दे काम वास्ते ही है तो नंबर तां लैने हुंदे साइन तां कराउंदे वी। चलो जे वाहिगुरु लंबी जिंदगी बख्शे बापू नूं, कल नूं जे कोई निक्की गल होई ना चलो अस तुहानूं कॉल करांगे, जे कोई आ सकिया उत्थे चलो साडे नाल आके तुसी बापू दे आखरी समें साडा साथ दिओ। है ना अक्सर असीं जदों लैके आने किसे नूं वीडियो वूडियो पाउने उदों तां कई बंदे इकट्ठे होए ने, 100 बंदा ही जदों साइन कराउण लगदे आ चार पंज रहिंदे, हुण वी ओही होया देखो आपां ही रहि गए चार जणे, किन्ने बंदे सी सब चले गए। तुहानूं देखिआ लिखण लग गए हुण साइन सून कराउणगे, इन्नी लोकां दे विच जाने के डर दा माहौल आ जी इत्थे वी कितें एवें आपां की लैणा इत्थे वीर जी इत्थे करने आ। ते चलो सारे अरदास करिओ जी बापू। बाबा जी बेटी है जी? कौन है लड़की? चलो हौली हौली आज सामने सारी गल थोड़े हाथ की परेशानी जी पै रही। कर दो भाई जी पूरे कर दो आ जगह ती भाई जी, इत्थे कर दो साइन कर दो, इत्थे पिछे नंबर पा दो। ਫਲੋਰ ਵਾਲਾ ਸਟੇਸ਼ਨ ਆਏ ਜੀ, ਆ ਸਟੇਸ਼ਨ ਹੈ ਜੀ, ਇੱਥੇ ਬੜੀ ਦੁਨੀਆ ਜਾਂਦੀ ਆ ਤੇ ਬਹੁਤ ਦੁਨੀਆ ਆਉਂਦੀ ਆ, ਗੱਡੀ ਹੁਣ ਆਉਣ ਵਾਲੀ ਵੀ ਆ, ਇੱਥੇ ਗੱਡੀਆਂ ਤੇ ਭਰ ਭਰ ਜਾਂਦੀਆਂ ਤੇ ਭਰ ਭਰ ਆਉਂਦੀਆਂ ਜੀ, ਕੋਈ ਨਹੀਂ ਦੇਖਦਾ। ਇਹ ਤਾਂ ਕੁਦਰਤੀ ਜਦਾਂ ਇੱਥੇ ਆਏ ਦੇਖਿਆ ਮੈਂ ਗੱਡੀ ਤੇ ਵਾਪਸ ਚਲਿਆ ਸੀ, ਜਦੋਂ ਉੱਥੇ ਗੱਡੀ ਖੜੀ ਕੀਤੀ ਮੈਨੂੰ ਬਾਪੂ ਦੱਸਿਆ ਜੀ। ਚਲੋ ਬਾਪੂ ਰਹੀ ਜਾਂਦਾ ਜੀ, ਉਹਦੀ ਕੋਈ ਦਿੱਕਤ, ਪਰ ਚਲੋ ਮੱਚਿਆ ਹੋਇਆ ਯਾਰ ਬੰਦਾ ਉਹਦਾ ਦੇਖਣਾ ਚਾਹੀਦਾ ਨਾ। ਚਲੋ ਉਦੋਂ ਪਹਿਲਾਂ ਇੰਨੇ ਸਾਲ ਹੋ ਗਏ ਰਹਿੰਦਾ ਸੀ, ਆਪਦਾ ਤੁਰਿਆ ਫਿਰਦਾ ਹੋਊਗਾ, ਆਪਦੀ ਰੋਟੀ ਖਾਈ ਜਾਂਦਾ ਸੀ ਹੈ ਨਾ, ਪਰ ਜਦੋਂ ਬੰਦਾ ਦਾ ਬੰਦਾ ਜਾਨਵਰ ਤੇ ਵੀ ਆਪਾਂ ਦੇਖ ਲੈਂਦੇ ਹਾਂ ਵੀ ਯਾਰ ਕੁੱਤੇ ਦੇ ਸੱਟ ਲੱਗੀ ਹੈ ਜਾਂ ਕੀੜੇ ਪਏ, ਆਪਾਂ ਕਹਿੰਦੇ ਯਾਰ ਪਰਾਲਾ ਕਰੀਏ ਕੋਈ ਦਵਾਈ ਲਾ ਦਈਏ ਹੈ ਨਾ, ਇਹ ਤਾਂ ਆਪਦਾ ਖੂਨ ਸਾਡੇ ਆਪਦਾ ਹੀ ਹੈ ਯਾਰ। ਇਹ ਤਾਂ ਇੱਕ ਦਿਨ ਅਸੀਂ ਇਕੱਠੇ ਸੀ, ਇੱਕ ਹੀ ਮਨੁੱਖ ਦੀ ਔਲਾਦ ਆ ਅਸੀਂ, ਕਿੰਨੇ ਕੁ ਧੰਨਵਾਦ ਬਾਈ, ਧੰਨਵਾਦ ਯਾਰ। ਕੋਈ ਨਾ ਕੋਈ ਨਾ ਬਾਬਾ ਆਰਾਮ ਕਰੋ ਨਾ ਬਾਈ। ਇਹ ਕਿੰਨੇ ਸਾਲਾਂ ਤੋਂ ਬਾਬਾ ਇੱਥੇ ਆ? ਹਾਂਜੀ ਇਹ ਤੇ ਸਰ ਲਾਕਡਾਊਨ ਸੇ ਪਹਿਲੇ ਸੀ ਯਾਦ ਆਤਾ ਯਹਾਂ ਪੇ। साइन कर दो आप अपना नंबर डाल दो। हाँ कोई बात नहीं, जैसे भी करो। बापू पहले रिक्शा चला रहा है? हाँ चंदा पड़ा सी जी, एक्सीडेंट होया मुंडा मोटरसाइकिल बिच मार के गया, बहुत तो बाद महीना भी होया भाई।
ਪਹਿਲੋਂ ਚੰਗੇ ਭਲੇ ਆਪਣਾ ਕਮਾਉਂਦੇ ਸੀ, ਆਪਣਾ ਵਧੀਆ ਗੁਜ਼ਾਰਾ ਚੱਲੀ ਜਾ ਰਿਹਾ ਬਾਬੇ ਦਾ। ਦੋ ਤਿੰਨ ਵਾਰੀ ਬਾਪੂ ਨੂੰ ਕਿਹਾ ਵੀ ਅਸੀਂ ਭੇਜਦੇ ਨੇ ਤੈਨੂੰ, ਬਾਪੂ ਮੰਨੇ ਨੀ। ਗੱਲ ਕਰਮਾ ਦੀ ਹੈ ਨਾ, ਉਹੀ ਹੈ ਨਾ ਕਰਮਾ ਦੀ ਗੱਲ ਆ। ਐ ਬਾਈ 82, ਇੱਕ ਮਿੰਟ ਬਾਈ ਸਾਥੀ, ਇੱਕ ਮਿੰਟ ਬਾਈ ਗੱਲ ਸੁਣੀ, 82 ਪੂਰਾ ਨੀ ਹੈਗਾ ਨੰਬਰ ਤੇਰਾ। ਸੋਰੀ ਸਰ, ਗਲਤੀ ਹੋ, 84 ਨਹੀਂ ਹੋ, 84 ਮੂਰੇ 84 ਇੱਕ ਆ ਯਾ 84 ਹਾਂ 84 270 270 2911 ਗਲਤ ਹੋ ਗਿਆ ਸੋ 23 911 मैं सर कई दिन जब नहीं आया, अस्पताल से नहीं आया, हम रिक्शा भी चलाता, दिहाड़ी भी कर लेता, ਠੀਕ ਹੈ ਜੀ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜਿਹੜੇ ਵੀਡੀਓ ਰਾਹੀਂ ਦੇਖ ਰਹੇ ਆ। ਤੇ ਬਾਪੂ ਰਾਮ ਵਿਲਾਸ ਜੀ ਵਾਸਤੇ ਸਾਰੇ ਅਰਦਾਸ ਕਰਿਓ, ਵੀਡੀਓ ਨੂੰ ਸ਼ੇਅਰ ਕਰਿਓ ਜ਼ਿਆਦਾ ਤੋਂ ਜ਼ਿਆਦਾ, ਤੇ ਤਾਂ ਜੋ ਕਿਸੇ ਦੀ ਬਾਪੂ ਨੂੰ ਕੋਈ ਦੁਆ ਲੱਗ ਸਕੇ, ਕਿਸੇ ਦੀ ਕੋਈ ਅਰਦਾਸ ਲੱਗ ਸਕੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।